ਸਤਿ ਸ਼੍ਰੀ ਅਕਾਲ, ਸਵਾਗਤ। ਦੇਸ਼ ਪ੍ਰਦੇਸ਼ ਦੇ ਨਾਲ ਜੁੜੇ ਹੋਏ ਵੀ ਜਿੰਨੇ ਦਰਸ਼ਕ ਨੇ ਉਹਨਾਂ ਵਾਸਤੇ ਖਾਸ ਸੂਚਨਾ, ਇੱਕ ਲਾਈਵ ਪ੍ਰੋਗਰਾਮ ਹੈ ਜੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਰੁੱਤ ਚੋਣਾਂ ਦੀ ਹੈ ਔਰ ਮੈਂ ਰਾਤ ਵੀ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਹਰ ਹਲਕੇ ਦੇ ਵਿੱਚ 5-7 MLA ਬਣਨ ਦਾ ਸੁਪਨਾ ਲੈ ਕੇ ਸੌਂਦੇ ਨੇ, ਯਾਨੀ ਕਿ 500-700 MLA ਬਣਨ ਦਾ ਸੁਪਨਾ ਲੈ ਕੇ ਸੌਂਦਾ ਹੈ ਅਤੇ 5-7 ਵਿਅਕਤੀ ਰੋਜ਼ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਕੇ ਸੌਂਦੇ ਨੇ। ਹਿੱਸੇ ਕਾਮਯਾਬੀ ਉਹਨਾਂ ਦੇ ਹੀ ਆਉਂਦੀ ਹੈ ਜੋ ਪਲਾਨਿੰਗਸ ਕਰਦੇ ਨੇ, ਜੋ ਮਿਹਨਤ ਕਰਦੇ ਨੇ, ਜੋ ਆਪਣਾ ਟੀਚਾ ਲੈ ਕੇ ਚੱਲਦੇ ਨੇ। ਇਹ ਫਾਰਮੂਲਾ ਇਕੱਲਾ ਰਾਜਨੀਤੀ 'ਚ ਨਹੀਂ, ਇਹ ਖੇਤੀ 'ਚ ਵੀ, ਕਾਰੋਬਾਰ, ਬਿਜ਼ਨਸ, ਆਵਾਸ, ਪ੍ਰਵਾਸ, ਇਮੀਗ੍ਰੇਸ਼ਨ 'ਚ ਖਾਸ ਕਰਕੇ ਹੈ। ਜਿਹਨਾਂ ਵਿਦਿਆਰਥੀਆਂ ਦੀ ਪਲਾਨਿੰਗ ਨਹੀਂ ਉਹ ਬਹੁਤ ਮੁੱਦੇ ਮੂੰਹ ਗਿਰਦੇ ਨੇ। ਮੁੱਦੇ ਮੂੰਹ ਤੋਂ ਭਾਵ ਜਿਵੇਂ ਅਸੀਂ ਰਾਜਨੀਤੀ 'ਚ ਜ਼ਮਾਨਤ ਜ਼ਬਤ ਕਰਾਉਣਾ ਕਹਿ ਲੈਂਦੇ ਹਾਂ, ਇੱਧਰ ਅਸੀਂ ਰਿਫਿਊਜ਼ਲ ਵੀ ਲੈਂਦੇ ਹਾਂ, ਕਈ ਵਾਰ ਬੈਨ ਵੀ ਕਰਾ ਲੈਂਦੇ ਹਾਂ, ਕਈ ਵਾਰ ਅਜਿਹੀ ਕਸੂਤੀ ਪ੍ਰੋਫਾਈਲ ਅਸੀਂ ਅਪਲੋਡ ਕਰ ਦਿੰਦੇ ਹਾਂ ਕਿ ਮੁੜ ਕੇ ਸਾਨੂੰ ਵੀਜ਼ਾ ਨਹੀਂ ਮਿਲਦਾ। ਸੋ ਇਹ ਸਿੱਖਣ ਦਾ ਇੱਕ ਮੌਕਾ ਜ਼ਿੰਦਗੀ ਦੇ ਵਿੱਚ ਸਾਨੂੰ ਕਿ ਕੋਈ ਵੀ ਕੰਮ ਕਰਨਾ ਪਹਿਲਾਂ ਆਪਣੀ ਤਿਆਰੀ ਕਰੀਏ। ਔਰ ਕਰੋਨਾ ਨੇ ਇੰਨਾ ਕੁ ਸਾਨੂੰ ਸਿਖਾਤਾ ਹੈਗਾ ਕਿ ਤਿਆਰੀ ਕਰਨ ਵਾਸਤੇ ਖੁੱਲ੍ਹਾ ਸਮਾਂ ਸਾਨੂੰ ਮਿਲਿਆ ਸੀ ਪਰ ਅਸੀਂ ਤਿਆਰੀ ਕੀਤੀ ਨਹੀਂ। ਉਹਦੇ ਵਿੱਚ ਵੀ ਇੰਤਜ਼ਾਰ, ਫਲਾਈਟਾਂ, ਟਰੈਵਲ, ਵੀਜ਼ੇ ਦੀ ਦੁਹਾਈ ਪੈਂਦੀ ਰਹੀ ਪਰ ਅਸੀਂ ਤਿਆਰੀ ਨਹੀਂ ਕੀਤੀ। ਅੱਜ ਅਸੀਂ ਆਸਟ੍ਰੇਲੀਆ, ਕੈਨੇਡਾ, UK ਦੀ ਗੱਲ ਤਾਂ ਕਰਾਂਗੇ, ਨਾਲੋਂ ਨਾਲ ਇਹ ਵੀ ਦੱਸਾਂਗੇ ਕਿ ਭਾਈ ਜੇ ਤਾਂ ਹੁਣ ਮਹੀਨੇ ਦੋ ਮਹੀਨੇ 'ਚ ਜਾਣਾ ਤਾਂ ਅਪਲਾਈ ਕਰ ਲਓ, ਜੇ 4 ਮਹੀਨੇ ਬਾਅਦ ਜਾਣਾ ਤਾਂ ਕਿਹੜੇ ਕਿਹੜੇ ਡਾਕੂਮੈਂਟਸ ਦੀ ਤਿਆਰੀ, ਫੰਡਾਂ ਦੀ ਤਿਆਰੀ, ਕਾਲਜ ਕੋਰਸ ਦੀ ਤਿਆਰੀ ਜਾਂ ਹੋਰ ਸਿਲੈਕਸ਼ਨਸ ਜਿਹੜੀ ਤੁਸੀਂ ਕਰਨੀ ਹੈ ਉਹ ਕਿਵੇਂ ਕਰਨੀ ਹੈ। ਅੱਜ ਆਪਣੀ ਕੰਸਲਟੈਂਸੀ ਲੈ ਕੇ ਤੁਰਨਾ, ਇਨ ਟੱਚ ਰਹਿਣਾ ਤਾਂ ਕਿ ਤੁਸੀਂ ਕਾਮਯਾਬ ਹੋ ਸਕੋ। ਸੋ ਲਾਈਵ ਕਾਲ ਤੁਸੀਂ ਸਾਨੂੰ ਕਰ ਸਕੋਗੇ ਔਰ ਅਸੀਂ ਮੁੱਦਾ ਜਿਹੜਾ ਛੇੜਨ ਲੱਗੇ ਹਾਂ ਉਹ ਸ਼ੁਰੂਆਤ ਕੈਨੇਡਾ ਤੋਂ ਕਰੋਗੇ। ਮੇਰੇ ਨਾਲ ਰੈਫਲ ਐਜੂਸੀਟੀ ਤੋਂ ਸਵਰਨ ਸੰਧੂ ਜੀ ਨੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਰਨ ਜੀ, ਜਿਸ ਤਰ੍ਹਾਂ ਅੱਜ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਚਿਣਗ ਹੈ ਕਿ ਵਿਦੇਸ਼ ਜਾਣਾ, ਹਰ ਘਰ 'ਚ ਇਹ ਚਿਣਗ ਨਹੀਂ ਹੈ ਕਿ ਮੈਂ ਕੰਸਲਟੈਂਸੀ ਲੈਣੀ ਹੈ। ਉਹ ਕਹਿੰਦਾ ਕਿ ਮੈਂ ਵਿਦੇਸ਼ ਜਾਣਾ ਪਰ ਮੈਂ ਕੰਸਲਟੈਂਸੀ ਨਹੀਂ ਲੈਣੀ, ਇੱਧਰ ਫੋਨ ਕਰ, ਉੱਧਰ ਕਰ, ਉੱਧਰ ਕਰ। ਹੁਣ ਕੰਸਲਟੈਂਸੀ ਤੋਂ ਭਾਵ ਮੈਨੂੰ ਤਾਂ ਕਦੇ ਕਦੇ ਇਉਂ ਜਾਪਦਾ ਕਿ ਬੀਮੇ ਦੇ ਏਜੰਟਾਂ ਵਾਲਾ ਹਾਲ ਸਾਡੀ ਇੰਡਸਟਰੀ ਦਾ ਹੋ ਗਿਆ ਕਿ ਉਹਦੇ ਕੋਲ ਜਾਣਾ ਨਹੀਂ, ਮੁੜ ਕੇ ਤੰਗ ਕਰੂਗਾ। ਪਰ ਦੁਖਾਂਤ ਇਹ ਹੈ ਕਿ ਜਦੋਂ ਤੱਕ ਅਸੀਂ ਕੰਸਲਟੈਂਸੀ ਨਹੀਂ ਲਵਾਂਗੇ ਸਾਨੂੰ ਹਰ ਪ੍ਰੋਫਾਈਲ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਹਾਣੀ ਹੈ, ਵੱਖਰੇ ਕਾਗਜ਼ ਨੇ, ਵੱਖਰੀ ਸਟੋਰੀ ਹੈ, ਵੱਖਰੀ SOP ਹੋਊਗੀ। ਜਦੋਂ ਤੱਕ ਅਸੀਂ ਪਹਿਲੇ ਦਿਨ ਉਹਦੇ ਕੋਲ ਜਾ ਕੇ ਕੰਸਲਟੈਂਟ ਕੋਲ ਇਹ ਨਹੀਂ ਪੁੱਛਾਂਗੇ ਕਿ ਮੈਂ ਵਿਦੇਸ਼ ਜਾਣਾ, ਮੇਰੀਆਂ ਰਿਕੁਆਇਰਮੈਂਟਸ ਮੇਰੀ ਪ੍ਰੋਫਾਈਲ ਮੁਤਾਬਕ ਕੀ, ਉਦੋਂ ਤੱਕ ਅਸੀਂ ਕਾਮਯਾਬ ਨਹੀਂ ਹੋਵਾਂਗੇ। ਕਿਉਂ ਨਹੀਂ ਬੰਦਾ ਕੰਸਲਟੈਂਸੀ ਲੈਂਦਾ, ਉਦੋਂ ਹੀ ਕਿਉਂ ਤੁਰਦਾ ਜਦੋਂ ਬੁਖਾਰ ਪੂਰਾ 104 ਹੁੰਦਾ? ਮੇਰੀ ਨਾ ਜੀ ਧਿਆਨ ਨਾਲ ਸੁਣੇ ਹੁਣ ਸਾਰੇ ਜਾਣੇ ਗੱਲ, ਮੈਂ ਤੁਹਾਨੂੰ ਇੱਕ ਹਕੀਕਤ ਦੱਸਣੀ ਚਾਹੁੰਦਾ ਰਣਵੀਰ ਜੀ ਦੇ ਜਿਹੜਾ ਕੁਐਸਚਨ ਦਾ ਆਨਸਰ ਵੀ ਆ ਅਤੇ ਮੈਂ ਤੁਹਾਨੂੰ ਹਕੀਕਤ ਵੀ ਦੱਸਦਾ ਅਤੇ ਅੱਜ ਜੋ ਸਾਡੇ ਨਾਲ ਵਾਪਰ ਰਿਹਾ ਮੈਂ ਉਹ ਵੀ ਦੱਸਦਾ। ਅਸੀਂ ਵਿਦੇਸ਼ ਜਾਣ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਵਾਂ, ਇਹ ਮੇਰਾ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਕਿ ਅੱਜ ਪੂਰੇ ਪੰਜਾਬ ਦੇ ਵਿੱਚ, ਪੂਰੇ ਏਰੀਏ ਦੇ ਵਿੱਚ ਜਾਂ ਪੂਰੇ ਇੰਡੀਆ ਤਾਂ ਨਹੀਂ ਮੈਂ ਕਹਿ ਸਕਦਾ, ਸਪੈਸੀਫਿਕਲੀ ਪੰਜਾਬ ਸ਼ਬਦ ਇਸ ਲਈ ਮੈਂ ਯੂਜ਼ ਕਰਦਾ ਕਿ ਬਾਕੀ ਪੜ੍ਹੇ ਲਿਖੀਆਂ ਸਟੇਟਸ ਨੇ, ਪੜ੍ਹੇ ਲਿਖੇ ਅਸੀਂ ਵੀ ਹਾਂ, ਉਹਨਾਂ ਦਾ ਵਿਜ਼ਨ ਡਿਫਰੈਂਟ ਆ, ਅਸੀਂ ਉਹਨਾਂ ਨਾਲ ਸ਼ਾਇਦ ਜ਼ਿਆਦਾ ਪੜ੍ਹੇ ਲਿਖੇ ਹਾਂ, ਬਟ ਉਹ ਸੋਚਦੇ ਆ ਜੋ ਅਸੀਂ ਨਹੀਂ ਸੋਚਦੇ। ਸੋ ਮੈਂ ਦੱਸਣਾ ਇਹ ਚਾਹ ਰਿਹਾ ਜੀ ਕਿ ਜਿਹੜਾ ਅੱਜ ਪੂਰੀ ਹਾ ਦੁਹਾਈ ਮਚਾਈ ਹੋਈ ਆ ਪੂਰੇ ਪੰਜਾਬ ਦੇ ਏਜੰਟਾਂ ਨੇ, ਪੂਰੇ ਪੰਜਾਬ ਦੇ ਲੋਕ ਜਿਹੜੇ ਜਿਸ ਗੱਲ ਦੇ ਪਿੱਛੇ ਭੱਜੇ ਹੋਏ ਨੇ, ਉਹ ਇੱਕੋ ਹੀ ਇੱਕ ਆ, ਉਹ ਆ ਵੀਜ਼ਾ। ਵੀਜ਼ਾ ਮਿਲ ਜੂਗਾ, ਮੈਂ ਵੀਜ਼ਾ ਲੈ ਦੂੰਗਾ, ਮੈਂ 5-1 'ਤੇ ਲੈ ਦੂੰਗਾ, ਮੈਂ 2-5 'ਤੇ ਲੈ ਦੂੰਗਾ, ਮੈਂ 3 ਸਾਲ ਦੇ ਗੈਪ 'ਤੇ ਲੈ ਦੂੰਗਾ, ਮੈਂ 4 ਸਾਲ 'ਤੇ, ਸਾਡੇ ਬੱਚੇ ਦਾ ਵੀਜ਼ਾ ਲੱਗ ਜੂਗਾ। ਵੀਜ਼ਾ ਕਿਵੇਂ ਲੱਗੂਗਾ ਜੀ? ਵੀਜ਼ਾ ਲੱਗ ਜਾਵੇ ਜੀ ਇੱਕ ਵਾਰ, ਬਸ ਅਸੀਂ ਤਾਂ ਜੋ ਕਹੋਗੇ ਕਰਾਂਗੇ ਜੀ, ਵੀਜ਼ਾ 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 ਵੀਜ਼ਾ। ਹੁਣ ਸੁਣਿਓ ਧਿਆਨ ਨਾਲ ਗੱਲ, ਅਸੀਂ ਵੀਜ਼ੇ ਪਿੱਛੇ ਭੱਜ ਰਹੇ ਹਾਂ। ਮੈਂ ਤੁਹਾਨੂੰ ਇੱਕ ਦੱਸਦਾ ਸੀ, ਪੰਜਾਬ ਦੇ ਲੋਕ ਆ ਜਿਹੜੇ ਅੱਜ ਵੀ ਪਿਛਲੇ ਰਣਵੀਰ ਜੀ 20-30 ਸਾਲਾਂ ਤੋਂ ਨਿਕਲੇ ਨਹੀਂ ਆ, ਕਿਉਂ? ਕਰੇਜ਼ ਆ ਵੀ ਇੱਕ ਵਾਰ ਕੈਨੇਡਾ ਚਲਾ ਗਿਆ ਸਾਡਾ ਬੱਚਾ, ਸਾਡੀਆਂ ਕੁੱਲਾਂ ਤਰ ਜਾਣਗੀਆਂ, ਪੁਸ਼ਤਾਂ ਤਰ ਜਾਣਗੀਆਂ। ਮੈਂ ਗੱਲ ਕਰਦਾ ਜੀ 80, 85 ਜਾਂ 90 ਦੀ, 90ਵਿਆਂ ਦੀ ਗੱਲ ਕਰਦਾ, ਜਦੋਂ GT ਰੋਡ 'ਤੇ ਕੀਲਾ 5 ਲੱਖ ਰੁਪਏ ਦਾ ਹੁੰਦਾ ਸੀਗਾ ਜਾਂ 2-3-4 ਲੱਖ ਰੁਪਏ ਦਾ ਹੁੰਦਾ ਸੀਗਾ। ਮੈਂ ਆਪਣੇ ਪਿੰਡ ਦੀ ਇੱਕ ਤੁਹਾਨੂੰ ਸਟੋਰੀ ਦੱਸਦਾ, ਗਰੀਸ ਤੋਂ 10 ਕੁ ਸਾਲ ਲਗਾ ਕੇ ਕੋਈ ਬੰਦਾ ਆਇਆ ਸੀ ਉਸ ਟਾਈਮ 'ਤੇ, ਔਰ ਕਹਿੰਦੇ ਆ ਉਹ ਟਾਈਮ ਦੇ ਉੱਪਰ 85 ਤੋਂ 90 ਦੇ ਵਿੱਚ ਦੀ ਗੱਲ ਆ, 90 ਦੇ ਆਸ ਪਾਸ ਦੀ,
ਕਹਿੰਦੇ ਆ ਉਸ ਟਾਈਮ ਦੇ ਵਿੱਚ ਉਹ ਬੰਦਾ ਉੱਥੋਂ 70-80 ਲੱਖ ਰੁਪਈਆ ਲੈ ਕੇ ਆਇਆ ਸੀਗਾ ਉਹ ਟਾਈਮਾਂ ਦੇ ਵਿੱਚ ਬੱਲੇ ਕਮਾ ਕੇ ਜੀ। ਉਹਨੇ ਜੀ ਆਉਂਦੇ ਸਾਰ ਕੀ ਕੀਤਾ ਸੀ, 70-80 ਲੱਖ ਰੁਪਏ ਦੇ ਵਿੱਚ ਉਹਦੀਆਂ 3 ਭੈਣਾਂ ਸੀਗੀਆਂ। ਪਹਿਲਾਂ ਤਾਂ ਉਹਨੇ ਆਪਣਾ ਘਰ ਬਾਹਰ ਖੇਤ ਉਹਨੇ ਆਉਂਦੇ ਨੇ 10 ਕਿੱਲੇ ਖਰੀਦੇ ਆਪਣੇ ਪਿੰਡ ਦੇ ਵਿੱਚ ਬਾਹਰ ਥੋੜੇ ਜਿਹੇ ਖੇਤ, ਉੱਥੇ ਉਹਨੇ ਆਪਣਾ ਘਰ ਪਾਇਆ, 3 ਭੈਣਾਂ ਦਾ ਵਿਆਹ ਕੀਤਾ, ਆੜਤ ਦੀ ਦੁਕਾਨ ਖੋਲ੍ਹੀ, ਉਹਨੇ ਟਰੈਕਟਰ ਲਿਆ, ਸੁਹਾਗਾ ਲਿਆ, ਹੱਲ ਲਏ, ਸਾਰੇ ਸੰਦ ਲਏ, ਟਰਾਲੀ ਲਈ। ਉਦੋਂ ਬਾਅਦ ਯੂਪੀ ਦੇ ਵਿੱਚ ਉਹਨੇ ਕਹਿੰਦੇ 40-50 ਕਿੱਲੇ ਜ਼ਮੀਨ ਖਰੀਦੀ ਉਹਦੀ, ਔਰ ਨਾਲ ਆਪਣੀ ਵਧੀਆ ਆੜਤ ਦੀ ਦੁਕਾਨ ਚਲਾਈ। ਉਹਨੂੰ ਦੇਖ ਦੇਖ ਲੋਕ ਇਨਕਰੇਜ ਹੁੰਦੇ ਸੀਗੇ ਵੀ ਵਾਹ ਕਿਆ ਬਾਤ ਹੈ। ਅੱਜ ਹੁਣ ਆ ਜਾਓ 70-80 ਲੱਖ ਰੁਪਈਆ ਅੱਜ ਦੀ ਵੈਲਿਊ। ਅਗਰ ਇੱਕ ਬੱਚਾ ਬਾਹਰ ਕੈਨੇਡਾ ਤੁਹਾਡਾ ਜਾਂਦਾ, ਮੈਂ ਤੁਹਾਨੂੰ ਅੱਜ ਇਹ ਦੱਸਣ ਲੱਗਿਆ ਵੀ ਮੂੰਹ ਚੱਕ ਚੱਕ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਹੋ, ਸਮਝ ਤਾਂ ਲਓ ਬਾਹਰ ਜਾ ਕੇ ਕਰਨਾ ਕੀ ਆ। ਅੱਜ ਦੇ ਟਾਈਮ ਦੀ ਗੱਲ ਇਹ ਆ ਵੀ ਮੋਹਾਲੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਫਲੈਟ ਜਿਹਨੂੰ ਆਪਾਂ ਪਿੰਡਾਂ ਵਾਲੇ ਕੁਆਟਰ ਕਹਿੰਦੇ ਹਾਂ, ਪਹਿਲਾਂ ਆਪਾਂ ਬਈਆਂ ਨੂੰ ਕੁਆਟਰ ਪਾ ਕੇ ਦਿੱਤੇ ਹੁੰਦੇ ਸੀ ਜਾਂ ਸਾਂਝੀਆਂ ਸੀਰੀਆਂ ਨੂੰ ਕੁਆਟਰ ਪਾ ਕੇ ਦਿੱਤੇ ਹੁੰਦੇ ਸੀ, ਉਹ ਫਲੈਟ ਉਹ ਕੁਆਟਰ ਜਿਹਦਾ ਥੱਲੇ ਵੀ ਉੱਤਾ ਥੱਲਾ ਵੀ ਤੁਹਾਡਾ ਨਹੀਂ, ਉੱਤਾ ਵੀ ਤੁਹਾਡਾ ਨਹੀਂ, ਖੱਬਾ ਵੀ ਤੁਹਾਡਾ ਨਹੀਂ, ਸੱਜਾ ਵੀ ਤੁਹਾਡਾ ਨਹੀਂ, ਹਵਾ 'ਚ ਲਟਕਦੇ 3 ਕਮਰੇ। ਚੰਡੀਗੜ੍ਹ 'ਚ ਅਗਰ ਲੈਣੇ ਆ ਤਾਂ 1.5 ਕਰੋੜ ਰੁਪਏ ਦੇ ਨੇ, ਮੋਹਾਲੀ 'ਚ ਲੈਣੇ ਆ ਤਾਂ 1 ਕਰੋੜ ਰੁਪਈਏ ਦਾ ਵਾ ਉਹ 3। ਅੱਜ ਇੱਕ ਬੱਚਾ ਅਗਰ ਕੈਨੇਡਾ ਜਾਂਦਾ ਐਜ਼ ਪਰ ਕੈਨੇਡਾ ਗੌਰਮੈਂਟ ਕਿ ਸਾਡੇ ਕੈਨੇਡੀਅਨ ਸਿਟੀਜ਼ਨ ਦੀ ਐਵਰੇਜ ਸੈਲਰੀ ਕਿੰਨੀ ਆ, $60,000 ਆ, $5,000 ਮਹੀਨੇ ਦਾ, $3 ਲੱਖ ਬਣਿਆ ਜਿਹਦੇ 'ਚੋਂ 70-80 ਹਜ਼ਾਰ ਰੁਪਇਆ ਟੈਕਸ ਕੱਢੂਗਾ, ਘਰ ਦੇ ਖਰਚੇ ਕੱਢ ਕਢਾ ਕੇ ਉਹਨੂੰ ਜੇ ਨਾ ਨਾ ਕਰਦੇ ਉਹਨੇ 1 ਲੱਖ ਕਮਾ ਵੀ ਲਿਆ ਬੱਚੇ ਨੇ ਉੱਧਰ ਜਾ ਕੇ, ਸਾਲ ਦਾ ਰਣਵੀਰ ਜੀ ਬਣਿਆ 12 ਲੱਖ ਰੁਪਈਆ, 10 ਸਾਲਾਂ 'ਚ ਬਣਿਆ ਜਾ ਕੇ 1.25 ਕਰੋੜ ਰੁਪਈਆ। ਮਤਲਬ 10 ਸਾਲਾਂ ਬਾਅਦ ਬੱਚਾ ਤੁਹਾਡੇ ਆਪਣੇ ਮਾਂ ਪਿਓ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਫਲੈਟ ਲੈ ਕੇ ਦਊ, ਔਰ 10 ਸਾਲਾਂ ਬਾਅਦ ਕੀ ਉਹ 1.25 ਕਰੋੜ ਦਾ ਹੀ ਫਲੈਟ ਰਹਿ ਜੂ। ਥੋੜੇ ਜਿਹੇ ਸਿਆਣੇ ਬਣ ਕੇ ਅਗਰ ਆਪਾਂ ਸੋਚੀਏ, ਅਗਰ ਆਪਾਂ ਫੋਕਸ ਕੈਨੇਡਾ ਨਾ ਰੱਖੀਏ ਜਾਂ ਆਪਾਂ ਫੋਕਸ ਵੀਜ਼ਾ ਨਾ ਰੱਖੀਏ, ਆਪਾਂ ਫੋਕਸ ਰੱਖੀਏ ਵੀ ਜਾ ਕੇ ਕਰਨਾ ਕੀ ਆ ਸਾਡੇ ਬੱਚਿਆਂ ਨੇ ਉੱਧਰ, ਕਾਮਯਾਬ ਹੋਣਾ ਕਿ ਨਹੀਂ ਹੋਣਾ। ਮੈਂ ਹਾਲ ਦੁਹਾਈ ਕਦੇ ਨਹੀਂ ਮਚਾਈ, ਆ ਜਾਓ ਕੈਨੇਡਾ ਭੇਜਦਾ, ਆ ਜਾਓ ਮੈਂ ਟਰੱਕ ਭਰਤੇ, ਮੈਂ ਇੰਨੇ ਹਜ਼ਾਰ ਵੀਜ਼ੇ ਲਵਾਤੇ, ਇੰਨਿਆਂ ਦੇ ਆਹ ਲਵਾਤੇ, ਮੈਂ ਕੁਛ ਨਹੀਂ ਕਹਿੰਦਾ ਉਹਦੇ ਨਾਲ, ਤੁਹਾਨੂੰ ਕੀ ਫਰਕ ਪੈਂਦਾ। ਮੈਂ ਕਹਿੰਦਾ ਜੀ ਮੈਂ 10 ਲੱਖ ਦੇ ਵੀਜ਼ੇ ਲਵਾਤੇ, ਪਰ ਤੁਹਾਨੂੰ ਉਹਦੇ ਨਾਲ ਕੀ ਫਰਕ ਆ। ਮੈਂ ਇੱਧਰ ਤੋਪਾਂ ਚਲਾਤੀਆਂ, ਮੈਂ ਬੋਫੋਰਸ ਦੀਆਂ ਤੋਪਾਂ ਚਲਾਤੀਆਂ, ਤੁਹਾਨੂੰ ਉਹਦੇ ਦਾ ਕੀ ਮਤਲਬ ਆ। ਭਾਜੀ ਤੁਹਾਡਾ ਬੱਚਾ ਉੱਧਰ ਜਾ ਕੇ ਕਾਮਯਾਬ ਹੋਇਆ ਕਿ ਨਹੀਂ ਹੋਇਆ, ਉਹਨੇ 2-3 ਸਾਲ 4 ਸਾਲਾਂ 'ਚ ਉੱਧਰ ਕੈਨੇਡਾ 'ਚ, ਮੈਂ ਚੰਡੀਗੜ੍ਹ ਦੀ ਗੱਲ ਕਰ ਰਿਹਾ, ਮੋਹਾਲੀ 'ਚ ਫਲੈਟ ਨਹੀਂ ਲਿਆ ਜਾਣਾ, ਕੈਨੇਡਾ 'ਚ ਕੀ ਮੋਹਾਲੀ ਚੰਡੀਗੜ੍ਹ ਨਾਲ ਸਸਤੇ ਹੋਣਗੇ ਫਲੈਟ। ਮਤਲਬ 10 ਸਾਲਾਂ 'ਚ ਜੇ ਤੁਹਾਡਾ ਬੱਚਾ ਕਰੋੜ ਕਮਾਊਗਾ ਜੇ ਬਚਾਊਗਾ ਜਾ ਕੇ ਕੈਨੇਡਾ ਦੇ ਵਿੱਚ, ਤੇ ਕੈਨੇਡਾ 'ਚ ਘਰ ਕਦੋਂ ਲਊਗਾ ਜਦੋਂ ਬੁੱਢਾ ਹੋ ਗਿਆ 60-70 ਸਾਲ ਦਾ। ਸੋ ਆਪਾਂ ਹਾਲ ਦੁਹਾਈ ਜਿਹੜੀ ਨਾ ਮਚਾਈਏ ਵੀ ਵੀਜ਼ਾ ਵੀਜ਼ਾ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਹੀ ਤਰੀਕੇ ਨਾਲ ਉੱਧਰ ਜਾ ਕੇ ਕਾਮਯਾਬ ਹੋਵੇ, ਉਹਦੇ ਲਈ ਸਹੀ ਕੰਸਲਟੈਂਸੀ, ਰਣਵੀਰ ਜੀ ਦੇ ਮੈਂ ਕੁਐਸਚਨ 'ਤੇ ਵਾਪਸ ਆਉਂਦਾ, ਉਹਦੇ ਲਈ ਸਹੀ ਕੰਸਲਟੈਂਸੀ ਦੀ ਜ਼ਰੂਰਤ ਆ, ਸਹੀ ਸਲਾਹ ਮਸ਼ਵਰੇ ਦੀ ਜ਼ਰੂਰਤ ਆ। ਤੁਹਾਨੂੰ ਅੱਜ ਉਹ ਬੰਦਾ ਮਿਲੇ ਜਿਹੜਾ ਗਾਈਡ ਕਰੇ ਕਿਹੜਾ ਕਾਲਜ, ਕਿਹੜਾ ਕੋਰਸ, ਕਿਹੜਾ ਇਨਟੇਕ, ਕਦੋਂ ਜਾਣਾ ਚਾਹੀਦਾ, ਕਿੱਥੇ ਜਾਣਾ ਚਾਹੀਦਾ, ਕਿਹੜੇ ਤਰੀਕੇ ਨਾਲ ਜਾਣਾ ਚਾਹੀਦਾ, ਘੁੰਮ ਘੁਮਾ ਕੇ ਅਗਰ ਅਸੀਂ ਉਹ 'ਚ ਉੱਤੇ ਆਈਏ। ਬੱਚੇ ਨੂੰ ਮੈਨੂੰ ਦੱਸ ਦਿਓ, ਤੁਸੀਂ ਸਾਰੇ ਜਿੰਨਾ ਮੇਰਾ ਸ਼ੋਅ ਸੁਣ ਰਹੇ ਹੋ, ਜੇ ਤੇ ਤੁਸੀਂ ਆਪੋ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ, ਨਿਊਜ਼ੀਲੈਂਡ, ਆਸਟ੍ਰੇਲੀਆ ਭੇਜਣਾ, ਵੀਜ਼ਾ ਲਵਾਉਣਾ, ਮੇਰੇ ਕੋਲ ਨਾ ਉਹ ਦੁਨੀਆ ਭਰ ਦੇ ਏਜੰਟ ਨੇ, ਜਿੱਥੇ ਮਰਜ਼ੀ ਜਾਓ, ਜੇ ਤੁਸੀਂ ਆਪਣੇ ਬੱਚਿਆਂ ਨੂੰ ਉੱਧਰ ਭੇਜ ਕੇ ਕਾਮਯਾਬ ਕਰਾਉਣਾ, ਫਿਰ ਮੇਰੇ ਕੋਲ ਆਓ। ਇੱਕ ਤਰਾਸਦੀ ਹੋਰ ਹੈ ਜੀ, ਜਿਹੜੀ ਤੁਸੀਂ ਗੱਲ ਕੀਤੀ ਉਹਦੇ ਵਿੱਚ ਹੋਰ ਸਿੱਟਾ ਨਿਕਲਦਾ ਹੈ ਕਿ ਅਸੀਂ ਵਿਦੇਸ਼ ਵੀਜ਼ਾ ਲੈ ਕੇ ਕੈਨੇਡਾ ਕਿਉਂ ਜਾਂਦੇ ਹਾਂ, ਕਾਮਯਾਬ ਹੋਈਏ, ਸਕਸੈਸ ਹੋਈਏ, ਪੈਸਾ ਕਮਾਈਏ। ਤੁਸੀਂ ਗੱਲ ਕੀਤੀ ਟੈਕਸ ਦੀ, ਤੁਸੀਂ ਗੱਲ ਕੀਤੀ ਅਰਨਿੰਗ ਦੀ, ਇੱਥੇ ਤੱਕ ਤਾਂ ਅਸੀਂ ਪਹੁੰਚਦਾ ਨਹੀਂ ਸਾਡਾ ਕੰਸਲਟੈਂਟਸ, ਕਿਉਂਕਿ ਉਹ ਆਪ ਕੈਨੇਡਾ ਨਹੀਂ ਗਿਆ, ਉਸ ਸਿਸਟਮ ਦਾ ਉਹਨੂੰ ਪਤਾ ਨਹੀਂ। ਉਹਨੂੰ ਫਾਰਮ ਭਰਨਾ ਆ ਗਿਆ, ਉਹ ਵੀ ਤੁੱਕਾ, 100 ਭਰੇ ਦੇ ਯਾਰ, 20 ਵੀਜ਼ੇ ਤਾਂ ਆ ਹੀ ਜਾਣੇ ਆ, ਕਿਉਂਕਿ ਪੈਕੇਜ ਕਰਦੇ ਹਾਂ ਅਸੀਂ, ਠੱਗੀਆਂ ਠੋਰੀਆਂ ਇੱਧਰ ਉੱਧਰ ਦੇ ਪੈਸੇ ਕੱਢ ਲੈਂਦੇ ਹਾਂ, ਸਾਰਿਆਂ ਦੀ ਚੀਜ਼ ਭਾਵੇਂ ਲਾਗੂ ਨਹੀਂ ਹੁੰਦੀ। ਸੋ ਦੁਖਾਂਤ ਇਹ ਹੈ, ਕਰੀਅਰ ਕੌਂਸਲਿੰਗ ਖਤਮ ਮਾਈਨਸ ਇਸ ਵਕਤ, ਵੀਜ਼ੇ ਦਾ ਫੋਰਮ ਭਰਨ ਵਾਸਤੇ ਐਡ ਹੋ ਰਹੀ ਹੈ, ਉਹ ਫੋਰਮ 'ਚ ਕਿੰਨੇ ਸਕਸੈਸ ਹੁੰਦੇ ਆ ਇੱਕ ਸੈਪਰੇਟ ਇਸ਼ੂ ਹੈ। ਸਵਾਲ ਤਾਂ ਕਿ ਜਿਸ ਦੇਸ਼ 'ਚ ਚੱਲੇ ਹੋ ਉੱਥੋਂ ਦਾ ਕਲਚਰ, ਉੱਥੋਂ ਦੀ ਪੜ੍ਹਾਈ, ਉੱਥੋਂ ਦੇ ਟੈਕਸ, ਉੱਥੇ ਕਾਮਯਾਬ ਹੋਣ ਦਾ ਤਰੀਕਾ, ਵਾਈਟ ਕੋਲਰ ਜਾਂ ਫਿਰ ਅਸੀਂ ਲੇਬਰ ਕਰਨੀ ਹੈ, ਪੈਟਰੋਲ ਪੰਪ 'ਤੇ, ਗੈਸ ਸਟੇਸ਼ਨ 'ਤੇ ਤੇਲ ਪਾਉਣਾ,
ਬਰਫ਼ ਚੱਕਣੀ ਹੈ, ਕੱਪ ਧੋਣੇ ਨੇ, ਇਹਦੇ ਲਈ ਕੋਈ ਸਕਿੱਲ ਨਹੀਂ ਚਾਹੀਦਾ ਤੁਹਾਨੂੰ, ਕੋਈ ਸਕਿੱਲ ਨਹੀਂ ਚਾਹੀਦਾ। ਸੋ ਇਹ ਚੀਜ਼ ਮਨਫੀ ਹੋ ਗਈ ਹੈ ਸਵਰਨ ਜੀ। ਔਰ ਇੱਕ ਸਮਾਂ ਸੀ 7-8 ਸਾਲ ਪਹਿਲਾਂ ਕੈਨੇਡੀਅਨ ਕੰਪਨੀ ਦੀ ਬਹੁਤ ਸਾਰੀ ਵੈਲਿਊ ਹੁੰਦੀ ਸੀ, ਹੁਣ ਜੋ ਐਡਵਰਟੀਜ਼ਮੈਂਟ ਨੇ ਹਾਲ ਕੀਤਾ ਪੰਜਾਬ ਦੇ ਵਿੱਚ, ਹੁਣ ਕੰਪਨੀ ਦੀ ਵੈਲਿਊ, ਕੰਸਲਟੈਂਸੀ ਦੀ ਵੈਲਿਊ ਨਹੀਂ, ਹੁਣ ਵੈਲਿਊ ਕੀ ਹੈਗੀ ਹੈ ਜੀ, ਮੈਂ ਕਿੰਨੇ 'ਚ ਭੇਜ ਰਿਹਾ, ਫਲਾਣਾ ਕਿੰਨੇ 'ਚ ਭੇਜ ਰਿਹਾ, ਉਹ ਨਾਲ ਕੀ ਦੇ ਰਿਹਾ, ਪਹਿਲਾਂ ਕਿੰਨੇ ਲੈ ਰਿਹਾ, ਬਾਅਦ 'ਚ ਕਿੰਨੇ ਲੈ ਰਿਹਾ, ਕਿਹਦੇ ਕੋਲ ਪੈਸੇ ਖਰਚਣ ਨੂੰ ਐਡ ਦੇ ਜ਼ਿਆਦਾ, ਕੌਣ ਮਸ਼ਹੂਰੀਆਂ 'ਚ ਹੈ, ਇਹ ਗਲਤ ਹੈ, ਇਹ ਪ੍ਰਚਾਰ ਪ੍ਰਸਾਰ ਗਲਤ ਹੈ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਜਨਤਾ ਸਾਡੀ ਚੱਲੀ ਹੈ ਸਾਰੀ, ਕਿ ਇਹ ਸਾਰੀ ਦੀ ਸਾਰੀ ਕਾਮਯਾਬ ਹੋ ਜੂਗੀ? ਕਾਮਯਾਬੀ ਦੀ ਡੈਫੀਨੇਸ਼ਨ ਮੈਂ PR ਨਹੀਂ ਗਿਣਦਾ, ਕਾਮਯਾਬੀ ਦੀ ਡੈਫੀਨੇਸ਼ਨ ਉਹ ਆ ਜਿਹੜੀ ਤੁਸੀਂ ਦੇ ਰਹੇ ਹੋ ਕਿ ਚੱਜ ਦਾ ਜੀਵਨ ਉੱਥੇ ਜੂ ਲਾਂਗੇ ਕਿ ਇੰਡੀਆ ਵਾਲਾ ਹੀ ਜੂਵਾਂਗੇ। ਭਾਜੀ ਮੈਨੂੰ ਇੱਕ ਨਾ ਅਸੀਂ ਕਨਫਿਊਜ਼ ਹਾਂ ਜੀ, ਅਸੀਂ ਨਾ ਸਾਰੇ ਲੋਕ ਕਨਫਿਊਜ਼ ਹਾਂ। ਰਣਵੀਰ ਭਾਜੀ ਦਾ ਜਿਹੜਾ ਕੁਐਸਚਨ ਆ ਉਹਦਾ ਆਂਸਰ ਇਹ ਹੈ ਕਿ ਅਸੀਂ ਕਨਫਿਊਜ਼ ਹਾਂ। ਅਸੀਂ ਕਨਫਿਊਜ਼ ਦੋ ਚੀਜ਼ਾਂ 'ਚ, ਇੱਕ ਹੈਗਾ ਉੱਧਰ ਜਾ ਕੇ ਆਪਣਾ ਲਾਈਫ ਸਟਾਈਲ ਤਾਂ ਚੱਕ ਲੈਣਾ, ਇੱਕ ਬਿਹਾਰ ਜਾਂ UP ਦੇ ਉਸ ਏਰੀਏ 'ਚੋਂ ਇੱਕ ਬੰਦਾ ਆ ਗਿਆ ਚੰਡੀਗੜ੍ਹ, ਜਿੱਥੇ ਉੱਥੇ ਬਿਜਲੀ ਵੀ ਹੈ ਨਹੀਂ ਸੀ, ਲਾਈਟ ਵੀ ਹੈ ਨਹੀਂ ਸੀ, 20 ਰੁਪਈਏ ਦਿਹਾੜੀ ਉਹਨੂੰ ਉੱਥੇ ਮਿਲਦੀ ਸੀ, ਉਹ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਆ ਕੇ ਉਹਨੇ ਆਪਣਾ ਇੱਕ ਰੈਂਟ 'ਤੇ ਕਮਰਾ ਲੈ ਲਿਆ, ਉਹਨੂੰ 500-600 ਰੁਪਈਆ ਦਿਹਾੜੀ ਮਿਲਣ ਲੱਗ ਗਈ ਮਹੀਨੇ ਦਾ, ਉਹ 15,000 ਕਮਾਉਣ ਲੱਗ ਗਿਆ। ਉੱਥੇ ਉਹ ਮਹੀਨੇ ਦਾ 500 ਰੁਪਈਆ ਕਮਾਉਂਦਾ ਸੀਗਾ, ਹੁਣ ਜਦੋਂ 15,000 ਰੁਪਈਆ ਇੱਥੇ ਆ ਕੇ ਕਮਾਉਣ ਲੱਗ ਗਿਆ, ਵਧੀਆ ਰਹਿਣ ਲੱਗ ਗਿਆ, ਟੈਲੀਫੋਨ ਲੈ ਲਿਆ, ਬਿਜਲੀ ਲੈ ਲਈ, ਪਾਣੀ ਲੈ ਲਈ, ਲੇਕ 'ਤੇ ਆਪਣੀ ਘਰ ਵਾਲੀ ਨੂੰ ਘੁਮਾਉਣ ਵੀ ਲੈ ਜਾਂਦਾ, ਉਹਦਾ ਕੀ ਹੋਇਆ? ਉਹਦਾ ਲਾਈਫ ਸਟਾਈਲ ਚੇਂਜ ਹੋ ਗਿਆ। ਕੀ ਉਹ ਇੱਕ ਮਜ਼ਦੂਰ, ਉਹ ਬਿਹਾਰ ਤੋਂ ਜਾਂ UP ਤੋਂ ਆਇਆ ਬੰਦਾ ਕੀ ਕਦੇ ਚੰਡੀਗੜ੍ਹ ਜਾ ਕੇ ਰੇਂਜ ਰੋਵਰ ਲੈ ਲੂਗਾ? ਕੀ ਕਦੇ ਪੋਰਸ਼ਾ ਜਾਂ ਮਰਸਡੀਜ਼ ਕਾਰ ਲੈ ਲੂਗਾ? ਕੀ ਉਹ ਕਦੇ ਆਪਣਾ ਘਰ ਬਣਾ ਲੂਗਾ? ਇਹ ਲਾਈਫ ਸਟਾਈਲ ਚੇਂਜ ਹੋਇਆ। ਅਸੀਂ ਜਦੋਂ ਉੱਧਰ ਜਾਂਦੇ ਹਾਂ, ਸਾਡੀ ਵੱਡੀ ਤੋਂ ਵੱਡੀ ਮਾਰਾ BMW ਲੈ ਲਈ, ਮਰਸਡੀਜ਼ ਲੈ ਲਈ, 10-10 15-15 lakh ਦੀਆਂ ਕਾਰਾਂ ਮਿਲਦੀਆਂ। ਕੀ ਅਸੀਂ ਬੁਕਾਟੀ ਲੈ ਲਈ ਉੱਧਰ ਜਾ ਕੇ, ਫਰਾਰੀ ਲੈ ਲਈ, ਲੈਂਬਰਗਿਨੀ ਲੈ ਲਈ ਉੱਧਰ ਜਾ ਕੇ, ਇਤਨਾ ਕਮਾ ਲਿਆ ਕਿ ਅਸੀਂ ਉੱਥੇ ਦੇ ਡਾਊਨ ਟਾਊਨ ਦੇ ਵਿੱਚ ਆਪਣੀ ਬਿਲਡਿੰਗ ਖੜੀ ਕਰਤੀ, ਕਿ ਅਸੀਂ ਮੌਲ ਰੋਡ 'ਤੇ ਜਾਂ ਵਧੀਆ ਪੋਸ਼ ਏਰੀਏ ਦੇ ਵਿੱਚ ਆਪਣਾ ਘਰ ਬਣਾ ਲਿਆ। ਇਹ ਆ ਕਾਮਯਾਬੀ ਉੱਧਰ ਜਾ ਕੇ। ਅਸੀਂ ਕੀ ਕਰਦੇ ਹਾਂ, ਇੱਕ ਟਰੱਕ ਲੈ ਲਿਆ, ਇੱਕ ਘਰ ਲੈ ਲਿਆ, ਇੱਕ ਘਰ ਲੈ ਲਿਆ, ਪਹਿਲਾਂ ਉਹਦੀਆਂ ਕਿਸ਼ਤਾਂ ਪੂਰੀਆਂ ਹੋਈਆਂ, ਜਦੋਂ ਘਰ ਕਿਸ਼ਤਾਂ ਵੱਡੀਆਂ ਹੋ ਗਈਆਂ, ਵੱਡਾ ਘਰ ਲੈ ਲਿਆ ਜਦੋਂ ਉਹਨੂੰ ਬੁੱਢੇ ਹੋ ਗਏ। ਹੋਰ ਕੀ ਲੈ ਲਿਆ, ਕਾਰ ਲੈ ਲਈ, ਥੋੜ੍ਹਾ ਬਹੁਤਾ ਲਾਈਫ ਸਟਾਈਲ। ਦੇਖੋ ਲਾਈਫ ਸਟਾਈਲ ਉੱਧਰ ਜਾ ਕੇ ਚੇਂਜ ਹੋਣਾ, ਉਹ ਤਾਂ ਬਿਹਾਰੀਏ ਦਾ ਵੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਆ ਕੇ, ਜੇ ਸਾਡਾ ਕੈਨੇਡਾ 'ਚ ਜਾ ਕੇ ਚੇਂਜ ਹੋ ਗਿਆ, ਕਿਹੜੀ ਤੋਪ ਚੱਲੀ? ਉੱਧਰ ਜਾ ਕੇ ਕਾਮਯਾਬ ਹੋਣ ਦਾ ਮਤਲਬ ਆ 5-4 ਸਾਲਾਂ 'ਚ ਆਪਣਾ ਘਰ ਬਣਾ ਲਿਆ, 2-4 ਗੈਸ ਸਟੇਸ਼ਨ ਲੈ ਲਏ, ਪੰਪ ਲੈ ਲਏ, 2-4 ਸਿਕਿਉਰਿਟੀ ਏਜੰਸੀਆਂ ਖੋਲ ਲਈਆਂ, ਕੋਈ ਮੋਟਲ ਹੋਟਲ ਖੋਲ ਲਿਆ, ਉੱਧਰ ਜਾ ਕੇ ਪ੍ਰੋਪਰਟੀ ਕਿੰਨੀ ਖਰੀਦ ਲਈ। ਕਾਮਯਾਬ ਹੋਣ ਦਾ, ਕਾਮਯਾਬ ਹੁੰਦੇ ਚੀਨੇ ਉੱਧਰ ਜਾ ਕੇ, ਮਤਲਬ ਤੁਸੀਂ ਦੇਖੋਗੇ 80% ਚਾਈਨਾ ਵਾਲੇ ਲੋਕ ਜਿਹੜੇ 80-90% ਬਿਜ਼ਨਸ ਕਰਦੇ ਆ, 10% ਨੌਕਰੀਆਂ ਕਰਦੇ ਆ, 70-80% ਨੌਕਰੀਆਂ ਕਰਦੇ ਆ, 10-20-30% ਬਿਜ਼ਨਸ ਕਰਦੇ ਆ ਉੱਧਰ ਜਾ ਕੇ, ਕਿਉਂਕਿ ਉੱਥੇ ਤੱਕ ਅਸੀਂ ਪਹੁੰਚਦੇ ਨਹੀਂ। ਸਾਡਾ ਪਰਪਸ ਕੀ ਆ, ਕੈਨੇਡਾ ਦੇ ਵਿੱਚ ਪਹੁੰਚਾ ਦਿਓ, ਆਸਟ੍ਰੇਲੀਆ ਨਿਊਜ਼ੀਲੈਂਡ 'ਚ ਪਹੁੰਚਾ ਦਿਓ। ਹੁਣ ਰਣਵੀਰ ਜੀ ਨੇ ਜਿਹੜੀ ਗੱਲ ਕਹੀ ਆ ਉਹ ਇਹ ਆ, ਉਹ ਬਹੁਤ ਵਧੀਆ ਗੱਲ ਕਹੀ ਆ, ਵੀ ਅਸੀਂ ਇਹ ਨਹੀਂ ਦੇਖਣਾ ਬੱਚੇ ਨੇ ਜਾ ਕੇ ਕਾਮਯਾਬ ਹੋਣਾ ਨਹੀਂ ਹੋਣਾ, ਅਸੀਂ ਕੀ ਦੇਖਦੇ ਹਾਂ, ਅਸੀਂ ਦੇਖਦੇ ਹਾਂ ਕੌਣ ਕਿੰਨੇ 'ਚ ਭੇਜਦਾ, ਕੌਣ ਅੰਬੈਸੀ ਫੀਸ ਵੀ ਆਪਣੇ ਪੱਲਿਓਂ ਪਾਉਂਦਾ, ਕੌਣ ਕੀ ਵਧੀਆ ਸਾਨੂੰ ਦਿੰਦਾ। ਕੋਈ ਕਹਿੰਦਾ ਮੈਂ ਲੈਪਟੋਪ ਦੇ ਦੂੰਗਾ, ਵੀ ਤੂੰ ਮਾਮਾ ਮੇਰੇ ਭੂਆ ਦਾ ਮੁੰਡਾ ਵਾ, ਤੂੰ ਮੈਨੂੰ ਲੈਪਟੋਪ ਦੇਗਾ, ਮੈਂ ਕਿਉਂ ਲਊਂਗਾ ਤੇਰੇ ਤੋਂ ਲੈਪਟੋਪ? ਮਤਲਬ ਇਹੋ ਜਿਹੀ ਕਿਹੜੀ ਤੇਰੇ ਹੱਥ ਸੋਨੇ ਦੀ ਖਾਣ ਲੱਗ ਗਈ, ਤੂੰ ਮੇਰੀ ਅੰਬੈਸੀ ਫੀਸ ਆਪਣੇ ਪੱਲਿਓਂ ਦੇਗਾ? ਯਾਦ ਰੱਖੋ ਜਦੋਂ ਮੈਂ ਤੁਹਾਨੂੰ ਆ ਕੇ ਕਹਿੰਦਾ ਵੀ ਆ ਜਾ ਮੇਰੇ ਕੋਲ ਆ ਜਾ, ਮੈਂ ਤੈਨੂੰ ਆ ਦਊਂਗਾ, ਬਿਨਾਂ ਜਾਣ ਕਿਉਂ ਦਊਂਗਾ? ਜਦੋਂ ਕਿ ਇੱਕ ਚੀਜ਼ ਆ, ਜਦੋਂ ਸਭ ਨੂੰ ਦੁਨੀਆਂ ਨੂੰ ਪਤਾ ਵੀ ਅੰਬੈਸੀ ਫੀਸ ਲੱਗਣੀ ਲੱਗਣੀ ਆ, ਕਾਲਜ ਦੇ ਵਿੱਚ ਜਾਣਾ ਹੀ ਜਾਣਾ, ਤੁਸੀਂ ਸਾਰੇ ਖਰਚੇ ਹੋਣੇ ਹੀ ਹੋਣੇ ਆ, ਮੈਂ ਪੱਲਿਓ ਮੈਂ ਇਹੋ ਜਿਹਾ ਕਿਹੜਾ ਮਹਾਰਾਜਾ ਬਣ ਗਿਆ ਵੀ ਮੈਂ ਤੁਹਾਨੂੰ ਆਪਣੇ ਪੱਲਿਓ ਚੀਜ਼ਾਂ ਕੱਢ ਕੱਢ ਕੇ ਦਊਂਗਾ? ਚੋਰਾਂ ਤੋਂ ਬਚੋ, ਜਿਹੜਾ ਬੰਦਾ ਤੁਹਾਨੂੰ ਲਾਲਚ ਦਿੰਦਾ, ਅਸੀਂ ਦੇਖ ਲਓ ਲਾਲਚ ਜਿਹੜਾ ਤੁਹਾਨੂੰ ਦਊਗਾ ਉਹ ਤੁਹਾਡੀ ਗਰਦਨ ਵੱਟੂਗਾ, ਐਡਾ ਮੋਟਾ ਟੀਕਾ ਲਾਊਗਾ, ਤੁਸੀਂ ਸਮਝਣਾ ਨਹੀਂ, ਦਿਖਾਊਗਾ ਸਿਰਿੰਜ ਪਤਲੀ ਜੀ ਲਾਊਗਾ ਮੋਟੀ ਸਾਰੀ। ਉਹ ਬੰਦਿਆਂ ਤੋਂ ਸਪੈਸ਼ਲੀ ਬਚੋ ਜਿਹੜੇ ਕਹਿੰਦੇ ਆ ਸਾਰੇ ਪੈਸੇ ਬਾਅਦ ਵਿੱਚੋਂ। ਕਿਉਂ ਸਾਰੇ ਪੈਸੇ ਬਾਅਦ ਵਿੱਚੋਂ? ਪਹਿਲਾਂ ਕਿਉਂ ਨਹੀਂ ਤੂੰ ਪੈਸੇ ਲੈ ਸਾਡੇ ਤੋਂ, ਵੀਜ਼ਾ ਅਪਲਾਈ ਕਰ, ਇਹਦਾ ਮਤਲਬ ਤੇਰੇ 'ਚ ਕੋਈ ਖੋਟ ਆ। ਤੂੰ ਮੈਨੂੰ ਲੈਪਟੋਪ ਕਿਉਂ ਦਏਗਾ, ਤੂੰ ਮੇਰੀ ਅੰਬੈਸੀ ਫੀਸ ਕਿਉਂ ਦਏਗਾ, ਤੂੰ ਮੈਨੂੰ ਟਿਕਟ ਕਿਉਂ ਦਏਗਾ, ਕਿਉਂ ਦਏਗਾ ਤੂੰ ਮੈਨੂੰ? ਤੇ ਤੂੰ ਆਪਣੀ ਘਰ ਬਾਰ ਨਹੀਂ ਚਲਾਉਣਾ, ਤੇਰੇ ਕੋਈ ਗੋਲ ਅਗਰ ਰੱਖੀ ਹੈਗੇ, ਮਦਰ ਟ੍ਰੇਸਾ ਦਾ ਬੋਰਡ ਲਾਇਆ ਹੋਇਆ ਤੂੰ ਬਾਹਰ,
ਸੋ ਇਹਨਾਂ ਲੋਕਾਂ ਤੋਂ ਬਚੋ, ਇਹ ਕੈਨੇਡਾ ਭੇਜ ਰਹੇ ਨੇ, ਭੇਜਣ ਵਾਲਿਆਂ ਤੋਂ ਬਚੋ। ਇਹਨਾਂ ਨੂੰ ਪੁੱਛੋ ਆਪ ਕਿੰਨਿਆਂ ਦਾ ਵੀਜ਼ਾ ਲੱਗਿਆ, ਆਪ ਇਹ ਸ਼੍ਰੀਲੰਕਾ ਵੀ ਨਹੀਂ ਗਏ ਹੋਏ ਤੇ ਤੁਹਾਡੇ ਬੱਚਿਆਂ ਨੂੰ ਕੈਨੇਡਾ ਭੇਜਦੇ ਨੇ। ਕੀ ਪਤਾ ਇਹਨਾਂ ਨੂੰ ਕੈਨੇਡਾ ਬਾਰੇ, ਪੁੱਛ ਕੇ ਦੇਖੋ ਇਹਨਾਂ ਨੂੰ। ਮੈਂ ਕਿੰਨੀ ਵਾਰ ਕਹਿੰਦਾ ਹੁੰਦਾ ਇਹਨਾਂ ਦੀਆਂ ਕੌਂਸਲਰ ਨੂੰ, ਇਹ ਪੁੱਛ ਲਓ ਕੈਨੇਡਾ ਦੀਆਂ ਪ੍ਰੋਵਿੰਸਿਸ ਕਿੰਨੀਆਂ ਨੇ, ਉਹਨਾਂ ਦੇ ਸਪੈਲਿੰਗ ਪੁੱਛ ਲਓ। ਸਸਕੈਚੁਆਨ ਦੇ ਸਪੈਲਿੰਗ ਨਹੀਂ ਆਉਣੇ ਇਹਨਾਂ ਨੂੰ, ਭੇਜਦੇ ਨੇ ਤੁਹਾਡੇ ਬੱਚਿਆਂ ਨੂੰ ਕੈਨੇਡਾ। ਕੈਨੇਡਾ ਨਾ ਜੀ ਭੇਜੋ, ਨਿਊਜ਼ੀਲੈਂਡ ਆਸਟ੍ਰੇਲੀਆ ਹੱਥ ਬੰਨ ਕੇ ਬੇਨਤੀ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ, ਆਪਣੇ ਬੱਚਿਆਂ ਨੂੰ ਬਾਹਰ ਕਾਮਯਾਬ ਕਰਨ ਲਈ ਭੇਜੋ, ਵੀਜ਼ਾ ਲੈ ਕੇ ਉੱਥੇ ਧੱਕੇ ਖਾਣ ਲਈ ਨਾ ਭੇਜੋ, ਇਹ ਮੇਰੀ ਗੁਜ਼ਾਰਿਸ਼। ਸੁਪਰੀਮ ਕੋਰਟ ਨੇ ਰਾਜਨੀਤਿਕ ਦਲਾਂ ਨੂੰ ਵੀ ਇੱਕ ਝਾੜ ਪਾਈ ਹੈ ਕਿ ਮੁਫਤ ਚੀਜ਼ਾਂ ਵੰਡਣ ਵਾਲਿਆਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰਾਂਗੇ। ਇਟ ਮੀਨਸ ਉਹਨਾਂ ਨੂੰ ਇਹ ਚੀਜ਼ ਸਮਝ ਲੱਗ ਗਈ ਹੈ ਕਿ ਇਹ ਇੱਕ ਲੁਭਾਵਣੀਆਂ ਚੀਜ਼ ਹੈ। ਕੌਣ, ਜੇ ਇੱਕ ਸਰਕਾਰ ਜਿਹਨਾਂ ਕੋਲ ਹਜ਼ਾਰਾਂ ਲੱਖਾਂ ਕਰੋੜ ਰੁਪਏ ਦਾ ਬਜਟ ਹੈ, ਉਹ ਕੋਈ ਫ੍ਰੀ ਨਹੀਂ ਚੀਜ਼ ਦੇ ਸਕਦੀਆਂ, ਤਾਂ ਇੱਕ ਕਾਰੋਬਾਰੀ ਵਿਅਕਤੀ ਜਿਹੜਾ ਬਿਲਡਿੰਗ ਵੀ ਰੈਂਟ 'ਤੇ ਬੈਠਿਆ, 10 ਬੰਦਿਆਂ ਨੂੰ ਤਨਖਾਹ ਵੀ ਦਿੰਦਾ, ਹੋਰ ਘਰ ਵੀ ਚਲਾਉਂਦਾ, ਅਤੇ ਉਹ ਪੱਲਿਓਂ ਕਿਵੇਂ ਦੇ ਦੂਗਾ? ਇਟ ਮੀਨਸ ਕੋਈ ਨਾ ਓਲ ਝੋਲ ਹੈਗੀ ਆ। ਸਵਾਲ ਇਹ ਹੈ ਕਿ ਪੜ੍ਹਾਈ ਐਜੂਕੇਸ਼ਨ ਜਦੋਂ ਕੈਨੇਡਾ ਪੇਡ ਦੇ ਰਿਹਾ, ਕੈਨੇਡਾ ਪੇਡ ਦੇ ਰਿਹਾ, ਤਾਂ ਕੰਸਲਟੈਂਟ ਕੌਣ ਹੈ ਕਹਿਣ ਵਾਲਾ ਕਿ ਫ੍ਰੀ ਫਲਾਣੀ ਚੀਜ਼ ਦੇ ਦਾਂਗੇ? ਅੰਬੈਸੀ ਫੀਸ ਵੀ ਲੱਗਣੀ ਹੈ, ਫੰਡ ਵੀ ਸ਼ੋਅ ਕਰਨੇ ਪੈਣੇ, ਫੀਸਾਂ ਵੀ ਭਰਨੀਆਂ ਪੈਣੀਆਂ। ਹਾਂ, ਉਹ ਕੁਛ ਹੈਗੇ ਲੋਕ ਜਿਹੜੇ ਇਨਵੈਸਟਰ ਇਹਦੇ 'ਚ ਘੁੱਸ ਗਏ ਨੇ ਕਿ ਤੁਹਾਡਾ ਖਰਚਾ 7 ਹੁੰਦਾ, ਤੁਸੀਂ ਤਾਂ 15 ਭਰ ਦਿੰਦੇ ਹੋ। ਮੈਂ ਹੈਰਾਨ ਹਾਂ ਕਿ ਕਿੰਨੇ ਪਰਸੈਂਟ ਵਿਆਜ ਭਰਦਾ ਪੰਜਾਬੀ। ਚਲੋ, ਇਸ ਮੁੱਦੇ 'ਤੇ ਬਾਅਦ 'ਚ ਆਵਾਂਗੇ ਜੀ। ਹੁਣ ਥੋੜ੍ਹੀ ਜਿਹੀ ਗੱਲ ਆਪਾਂ ਇਹ ਕਰ ਲਈਏ ਕਿ ਬਹੁਤ ਵਿਦਿਆਰਥੀ ਟੀ ਵੀ ਸ਼ੋਅ ਨਾਲ ਨਹੀਂ ਜੁੜੇ, ਬਹੁਤ ਸਾਰੇ ਸੋਸ਼ਲ ਮੀਡੀਆ 'ਤੇ ਨਹੀਂ, ਸਾਰੇ ਅਖਬਾਰਾਂ 'ਤੇ ਨਹੀਂ, ਪਰ ਦਫ਼ਤਰਾਂ ਦਾ ਸਭ ਨੂੰ ਪਤਾ, ਗੂਗਲ ਕਰਕੇ ਜ਼ਰੂਰ ਚਲੇ ਜਾਂਦੇ ਨੇ। ਮੈਂ ਚਾਹੁੰਦਾ ਕਿ ਪਰਸਨਲੀ ਜੇ ਕੋਈ ਵਿਦਿਆਰਥੀ ਮਿਲਣਾ ਚਾਹੁੰਦਾ, ਹਰ ਦਫ਼ਤਰ ਦੇ ਵਿੱਚ ਅਵੇਲੇਬਿਲਟੀ ਕਦੋਂ ਕਦੋਂ? ਮੈਂ ਜੀ 3 ਤਰੀਕ ਨੂੰ, 3 ਫਰਵਰੀ ਨੂੰ ਲੁਧਿਆਣੇ ਆ, ਮੇਰੇ ਲੁਧਿਆਣੇ ਔਫਿਸ ਜਿਹੜਾ ਕਿ ਪਾਸਪੋਰਟ ਔਫਿਸ ਦੇ ਨਾਲ ਆ, ਅਤੇ 4 ਤਰੀਕ ਨੂੰ ਮੈਂ ਚੰਡੀਗੜ੍ਹ 34 ਸੈਕਟਰ 'ਚ ਮੇਰਾ ਔਫਿਸ ਆ, ਮੈਂ ਉੱਥੇ ਮਿਲੂੰਗਾ ਜੀ। 5 ਤਰੀਕ ਨੂੰ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਣਜੀਤ ਐਵਨਿਊ 'ਚ ਮੇਰਾ ਔਫਿਸ ਆ। ਸੋ 3 ਤਰੀਕ ਨੂੰ ਲੁਧਿਆਣਾ ਜੀ, 4 ਤਰੀਕ ਨੂੰ ਚੰਡੀਗੜ੍ਹ, ਇਹ ਫਰਵਰੀ ਦੀ ਗੱਲ ਕਰ ਰਿਹਾ ਮੈਂ, 3 ਫਰਵਰੀ ਲੁਧਿਆਣਾ, 4 ਫਰਵਰੀ ਨੂੰ ਚੰਡੀਗੜ੍ਹ, ਅਤੇ 5 ਫਰਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਲੈਣੀ ਆ, ਕੋਈ ਨੌਲੇਜ ਲੈਣੀ ਆ, ਕੋਈ ਵੀਜ਼ਾ ਤੁਹਾਡੇ ਜਿੰਨੇ ਰਿਜੈਕਟ ਹੋ ਚੁੱਕੇ ਨੇ, ਵਿਜ਼ਟਰ, ਟੂਰਿਸਟ, ਬਿਜ਼ਨਸ ਵੀਜ਼ਾ, PR, ਪਰਮਾਨੈਂਟ ਰੈਜੀਡੈਂਸੀ ਅਪਲਾਈ ਕਰਨਾ, ਇਨਵੈਸਟਮੈਂਟ ਕੈਟੇਗਰੀ ਅਪਲਾਈ ਕਰਨਾ, ਆਸਟ੍ਰੇਲੀਆ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪੈਕੇਜ ਤੋਂ ਬਿਨਾਂ ਕਿਵੇਂ ਜਾਇਆ ਜਾ ਸਕਦਾ, ਬੱਚੇ ਜਿਨ੍ਹਾਂ ਦਾ ਆਇਲਸ ਨਹੀਂ ਕੰਪਲੀਟ ਹੋ ਰਿਹਾ, ਉਹਨਾਂ ਨੂੰ ਕੁਛ ਟਿਪਸ ਚਾਹੀਦੇ, ਆਇਲਸ ਕਿਵੇਂ ਕੰਪਲੀਟ ਕੀਤਾ ਜਾਵੇ, ਵੀਜ਼ਾ ਨਹੀਂ ਲੱਗ ਰਿਹਾ। ਸੈਂਟਰ ਦੇ ਵਿੱਚ ਇਸ ਵਕਤ ਟ੍ਰੇਨਿੰਗ ਚੱਲ ਰਹੀ ਹੈ? ਆਨਲਾਈਨ ਚੱਲ ਰਹੀ ਹੈ ਜੀ ਸਾਰੀ, ਕਿਉਂਕਿ ਪੰਜਾਬ ਗਵਰਨਮੈਂਟ ਨੇ ਹਜੇ ਬੰਦ ਕੀਤੀਆਂ, ਇਸ ਲਈ ਆਨਲਾਈਨ ਸਾਰੇ ਚੱਲ ਰਹੀਆਂ ਨੇ। ਸੋ ਤੁਸੀਂ ਆਨਲਾਈਨ ਤਾਂ ਬੱਚੇ ਕਰਾ ਸਕਦੇ ਰਜਿਸਟ੍ਰੇਸ਼ਨ? ਹਾਂਜੀ, ਆਨਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਆ, ਸਾਡੇ ਬਹੁਤ ਵਧੀਆ ਐਕਸਪਰਟ ਟੀਚਰ ਨੇ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਮ ਨੇ ਜਿਹੜੇ ਸਾਡੇ ਉਹ ਦੇਖਦੇ ਨੇ, ਜਿਹੜੇ ਕਿ ਇੰਗਲਿਸ਼ ਦੇ ਵਿੱਚ ਮਾਸਟਰਸ ਨੇ ਔਰ ਕੈਨੇਡੀਅਨ ਸਿਟੀਜ਼ਨ ਨੇ, ਉਹ ਸਾਰਾ ਇਹ ਸਾਡਾ ਆਇਲਸ ਦਾ ਜਿਹੜਾ ਡਿਪਾਰਟਮੈਂਟ ਆ ਉਹ ਲੁੱਕ ਆਫਟਰ ਕਰਦੇ ਨੇ। ਤੁਸੀਂ ਬੱਚੇ ਦੇ IELTS ਆਈਲੈਟਸ ਕਰਾਉਣ ਤੋਂ ਲੈ ਕੇ ਬੱਚੇ ਦੀ ਆਫਰ ਲੈਟਰ, ਬੱਚੇ ਦਾ ਵੀਜ਼ਾ, ਬੱਚੇ ਦੀ ਏਅਰਪੋਰਟ ਪਿਕਅਪ, ਅਕਾਮੋਡੇਸ਼ਨ ਅਰੇਂਜਮੈਂਟ ਤੋਂ ਲੈ ਕੇ ਬੱਚਿਆਂ ਦਾ ਵਰਕ ਪਰਮਿਟ ਅਪਲਾਈ ਕਰਾਉਣ, ਬੱਚਿਆਂ ਦੀ ਪਰਮਾਨੈਂਟ ਰੈਜੀਡੈਂਸੀ, ਬੱਚੇ ਦੇ ਸਪਾਊਸ ਦਾ ਵੀਜ਼ਾ, ਸਪਾਊਸ ਦੀ ਪਰਮਾਨੈਂਟ ਰੈਜੀਡੈਂਸੀ, ਪੇਰੈਂਟਸ ਦਾ ਸੁਪਰ ਵੀਜ਼ਾ, ਪੇਰੈਂਟਸ ਦੀ ਪਰਮਾਨੈਂਟ ਰੈਜੀਡੈਂਸੀ ਤੱਕ ਮੈਂ ਨਾਲ ਹਾਂ। ਦੇਖੋ, ਮੈਂ ਤੁਹਾਨੂੰ ਦੱਸਦਾ, ਕੈਨੇਡਾ ਦੇ ਵਿੱਚ ਜਦੋਂ ਤੁਹਾਡੇ ਬੱਚੇ ਨੇ ਕਦੇ ਕਿਸੇ ਉੱਧਰ ਕੰਸਲਟੈਂਟ ਕੋਲ ਜਾਣਾ, ICCRC ਮੈਂਬਰ ਕੋਲ ਜਾਣਾ, ਉਹ $350-400 ਉਹ ਤੁਹਾਡੇ ਬੱਚੇ ਤੋਂ ਲੈਂਦਾ ਕੁਐਸਚਨ ਆਨਸਰ ਪੁੱਛਣ ਦਾ। ਸਾਡੇ ਆਪਣੇ ICCRC ਮੈਂਬਰ ਨੇ ਕੈਨੇਡਾ ਦੇ ਵਿੱਚ, ਸਾਡੀ ਆਪਣੀ ਲੋ ਫਰਮ ਆ, ਮੇਰੇ ਕੋਲੋਂ ਭੇਜਿਆ ਹੋਇਆ ਬੱਚਾ ਜਦੋਂ ਕੈਨੇਡਾ ਜਾਂਦਾ, ਪੂਰੀ ਜ਼ਿੰਦਗੀ ਉਹਨੂੰ ਜਿੰਨਾ ਸਲਾਹ ਮਸ਼ਵਰਾ ਚਾਹੀਦਾ ਉਹ ਮੁਫ਼ਤ 'ਚ ਮਿਲਦਾ, ਉਹਨੂੰ ਕਦੇ ਵੀ $300-350 ਨਹੀਂ ਦੇਣਾ ਪੈਂਦਾ। ਸੋ ਉੱਧਰ ਪਹੁੰਚ ਕੇ ਮੇਰੀ ਲੋ ਫਰਮ ਆ, ਮੇਰਾ ਬੇਟਾ ਬੈਠ ਗਿਆ ਹੁਣ ਮੇਰੇ ਔਫਿਸ ਦੇ ਵਿੱਚ ਕੈਨੇਡਾ ਦੇ ਵਿੱਚ, ਸੋ ਉੱਧਰ ਪਹੁੰਚ ਕੇ ਵੀ ਅਸੀਂ ਬੈਠੇ ਹਾਂ, ਮਤਲਬ ਮੇਰਾ ਹੀ ਰੂਪ ਇੱਕ ਉੱਧਰ ਬੈਠਾ ਲਾ ਲਓ, ਹੁਣ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਧਰ ਵੀ ਔਰ ਕੈਨੇਡਾ ਦੇ ਵਿੱਚ ਵੀ, ਮਤਲਬ ਤੁਸੀਂ ਹੱਕ ਨਾਲ ਉੱਧਰ ਸਾਡੇ ਔਫਿਸ ਜਾ ਸਕਦੇ ਹੋ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ। ਸੋ ਮੈਨੂੰ 3, 4, 5 ਤਰੀਕ ਨੂੰ ਆ ਕੇ ਮਿਲੋ, ਕੋਈ ਪ੍ਰੋਬਲਮ ਆ, ਕਿਸੇ ਵੀ ਤਰ੍ਹਾਂ ਦੀ ਸਲਾਹ ਮਸ਼ਵਰਾ ਲੈਣਾ, ਇੱਕ ਵਾਰ ਆ ਕੇ ਜ਼ਰੂਰ ਮਿਲੋ, ਸਲਾਹ ਲੈ ਲਿਓ, ਉਸ ਤੋਂ ਬਾਅਦ ਅਪਲਾਈ ਜਿੱਥੋਂ ਮਰਜ਼ੀ ਕਰ ਲਿਓ। ਸਵਰਨ ਜੀ, ਜਿਵੇਂ ਤੁਸੀਂ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ ਦਾ ਜ਼ਿਕਰ ਕੀਤਾ, ਇੱਥੇ ਮਿਲਦੇ ਹੋ, ਦਫ਼ਤਰ ਹੀ ਰੈਫਲ ਐਜੂਸਿਟੀ ਦੇ ਇਹਨਾਂ ਸ਼ਹਿਰਾਂ, ਹਾਂਜੀ ਦਫ਼ਤਰ, ਇਹਨਾਂ ਦੇ ਵਿੱਚ ਜੇ ਵਿਦਿਆਰਥੀ ਜਾ ਸਕਦਾ ਹੈ, ਕਿਤੇ ਵੀ ਲੈ ਸਕਦਾ ਹੈ। ਬਠਿੰਡਾ ਵਾਲਿਆਂ ਨੂੰ ਜ਼ਿਆਦਾਤਰ ਚੰਡੀਗੜ੍ਹ ਕਰਦੇ ਨੇ ਅਪਰੋਚ? ਹਾਂ, ਬਠਿੰਡਾ ਵਾਲਿਆਂ ਨੂੰ ਲੁਧਿਆਣਾ ਪੈ ਜਾਂਦਾ ਜੀ, ਲੁਧਿਆਣਾ ਨੇੜੇ ਪੈ ਜਾਂਦਾ ਜੀ। ਸੋ ਸ਼ੁਕਰੀਆ ਜੀ, ਮੈਂ ਇਸ ਕਰਕੇ ਪੁੱਛਿਆ ਕਿ ਦਫ਼ਤਰ ਤੱਕ ਜਾਣ ਦੀ ਜ਼ਹਿਮੀਅਤ ਕਰ ਲਿਆ ਕਰੋ, ਇੰਨੀ ਥੋੜ੍ਹੀ ਹਿੰਮਤ ਕਰ ਲਿਆ ਕਰੋ, ਕੰਸਲਟੈਂਸੀ ਲੈ ਲਿਆ ਕਰੋ। ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈ ਖਾਵਾਂਗੇ, ਸਾਈਡ ਇਫੈਕਟ ਹੋਣਾ ਹੀ ਹੋਣਾ। ਦਿਖਾ ਲਓ, ਪੁੱਛ ਲਓ,
कागज़ चेक करा लो, 6 महीने पहला तैयारी कर लो, कुछ नहीं जानता, मौके ते ना दौड़िया करो, ना दौड़िया करो, बहुत बार कह चुके हैं जी। शो इत्थे खत्म करांगे इस वादे दे नाल कि रैफल एजुसिटी दे जिहड़े नंबर ने फ्लैश किए जा रहे हैं, जरूरी नहीं कि असी तुहाडे तों अलविदा लै ली, प्रोग्राम खत्म हो गया तो कहानी मुक गई। नंबर नोट कर लो, नंबर ते कॉल करके हर तरह की जानकारी, कनेडा के हर प्रकार के वीजे की जानकारी तुसी लै सकते हो। अपने दोस्त रणबीर सिंह नागे दे धन्नवाद, सत श्री अकाल।